ਦੁਕਾਨ ਦੇ ਬਾਹਰ ਪਈ ਰੈੱਡਬੁੱਲ ਦੀ ਪੇਟੀ ਨੂੰ ਚੋਰ ਦੇ ਵੱਲੋਂ ਚੋਰੀ ਕਰ ਲਿਆ ਗਿਆ। ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਕੰਨ ਦੇ ਉੱਤੇ ਫੋਨ ਲਗਾ ਕੇ ਦੁਕਾਨ ਦੇ ਅੰਦਰ ਆਉਂਦਾ ਅਤੇ ਆਉਣ ਤੋਂ ਬਾਅਦ ਉਹ ਮੌਕੇ ਦੀ ਤਲਾਸ਼ ਕਰਦਾ ਹੈ ਕਿ ਜਿਵੇਂ ਹੀ ਉਹਨੂੰ ਮੌਕਾ ਮਿਲਦਾ ਅਤੇ ਉਹ ਬਾਈਕ ਦੇ ਉੱਤੇ ਇਹ ਪੇਟੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਕਿਹਾ ਜਾ ਰਿਹਾ ਇੱਕ ਦੁਕਾਨ ਦੇ ਬਾਹਰ ਰੈੱਡਬੁੱਲ ਦੀ ਪੇਟੀ ਪਈ ਸੀ, ਜਿਸ ਦੇ ਉੱਤੇ ਚੋਰ ਦੀ ਲਗਾਤਾਰ ਅੱਖ ਸੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤਾਂ ਉਹ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ। ਤਾਂ ਘਟਨਾ ਜਲੰਧਰ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਦੁਕਾਨ ਦੇ ਬਾਹਰ ਪਈ ਰੈੱਡਬੁੱਲ ਦੀ ਪੇਟੀ ਵੀ ਹੁਣ ਚੋਰਾਂ ਦੇ ਨਿਸ਼ਾਨਿਆਂ ਦੇ ਉੱਤੇ ਹੈ। ਰੈੱਡਬੁੱਲ ਦੀ ਪੇਟੀ ਹੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਕਿਹਾ ਜਾ ਰਿਹਾ ਕਿ ਜੋ ਚੋਰ ਸੀ ਉਹ ਕੰਨ ਦੇ ਉੱਤੇ ਫੋਨ ਲਗਾ ਕੇ ਕਿਹਾ ਜਾ ਸਕਦਾ ਕਿ ਡਰਾਮਾ ਕਰਦਾ ਹੋਇਆ ਦੁਕਾਨ ਦੇ ਵਿੱਚ ਆਇਆ ਸੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤੇ ਉਹ ਪੇਟੀ ਲੈ ਕੇ ਫਰਾਰ ਹੋ ਗਿਆ। ਦੁਕਾਨ ਦੇ ਬਾਹਰ ਪਈ ਰੈੱਡਬੁੱਲ ਦੀ ਪੇਟੀ ਨੂੰ ਚੋਰ ਦੇ ਵੱਲੋਂ ਚੋਰੀ ਕਰ ਲਿਆ ਗਿਆ। ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਕੰਨ ਦੇ ਉੱਤੇ ਫੋਨ ਲਗਾ ਕੇ ਦੁਕਾਨ ਦੇ ਅੰਦਰ ਆਉਂਦਾ ਅਤੇ ਆਉਣ ਤੋਂ ਬਾਅਦ ਉਹ ਮੌਕੇ ਦੀ ਤਲਾਸ਼ ਕਰਦਾ ਹੈ ਕਿ ਜਿਵੇਂ ਹੀ ਉਹਨੂੰ ਮੌਕਾ ਮਿਲਦਾ ਅਤੇ ਉਹ ਬਾਈਕ ਦੇ ਉੱਤੇ ਇਹ ਪੇਟੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਕਿਹਾ ਜਾ ਰਿਹਾ ਇੱਕ ਦੁਕਾਨ ਦੇ ਬਾਹਰ ਰੈੱਡਬੁੱਲ ਦੀ ਪੇਟੀ ਪਈ ਸੀ, ਜਿਸ ਦੇ ਉੱਤੇ ਚੋਰ ਦੀ ਲਗਾਤਾਰ ਅੱਖ ਸੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤਾਂ ਉਹ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ। ਤਾਂ ਘਟਨਾ ਜਲੰਧਰ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਦੁਕਾਨ ਦੇ ਬਾਹਰ ਪਈ ਰੈੱਡਬੁੱਲ ਦੀ ਪੇਟੀ ਵੀ ਹੁਣ ਚੋਰਾਂ ਦੇ ਨਿਸ਼ਾਨਿਆਂ ਦੇ ਉੱਤੇ ਹੈ। ਰੈੱਡਬੁੱਲ ਦੀ ਪੇਟੀ ਹੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਕਿਹਾ ਜਾ ਰਿਹਾ ਕਿ ਜੋ ਚੋਰ ਸੀ ਉਹ ਕੰਨ ਦੇ ਉੱਤੇ ਫੋਨ ਲਗਾ ਕੇ ਕਿਹਾ ਜਾ ਸਕਦਾ ਹੈ ਕਿ ਡਰਾਮਾ ਕਰਦਾ ਹੋਇਆ ਦੁਕਾਨ ਦੇ ਵਿੱਚ ਆਇਆ ਸੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤੇ ਉਹ ਪੇਟੀ ਲੈ ਕੇ ਫਰਾਰ ਹੋ ਗਿਆ। ਦੁਕਾਨ ਦੇ ਬਾਹਰ ਪਈ ਰੈੱਡਬੁੱਲ ਦੀ ਪੇਟੀ ਨੂੰ ਚੋਰ ਦੇ ਵੱਲੋਂ ਚੋਰੀ ਕਰ ਲਿਆ ਗਿਆ। ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਕੰਨ ਦੇ ਉੱਤੇ ਫੋਨ ਲਗਾ ਕੇ ਦੁਕਾਨ ਦੇ ਅੰਦਰ ਆਉਂਦਾ ਅਤੇ ਆਉਣ ਤੋਂ ਬਾਅਦ ਉਹ ਮੌਕੇ ਦੀ ਤਲਾਸ਼ ਕਰਦਾ ਹੈ ਕਿ ਜਿਵੇਂ ਹੀ ਉਹਨੂੰ ਮੌਕਾ ਮਿਲਦਾ ਅਤੇ ਉਹ ਬਾਈਕ ਦੇ ਉੱਤੇ ਇਹ ਪੇਟੀਆਂ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਕਿਹਾ ਜਾ ਰਿਹਾ ਇੱਕ ਦੁਕਾਨ ਦੇ ਬਾਹਰ ਰੈੱਡਬੁੱਲ ਦੀ ਪੇਟੀ ਪਈ ਸੀ, ਜਿਸ ਦੇ ਉੱਤੇ ਚੋਰ ਦੀ ਲਗਾਤਾਰ ਅੱਖ ਸੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤਾਂ ਉਹ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ। ਤਾਂ ਘਟਨਾ ਜਲੰਧਰ ਦੇ ਵਿੱਚ ਵਾਪਰੀ ਹੈ, ਜਿੱਥੇ ਕਿ ਦੁਕਾਨ ਦੇ ਬਾਹਰ ਪਈ ਰੈੱਡਬੁੱਲ ਦੀ ਪੇਟੀ ਵੀ ਹੁਣ ਚੋਰਾਂ ਦੇ ਨਿਸ਼ਾਨਿਆਂ ਦੇ ਉੱਤੇ ਹੈ। ਰੈੱਡਬੁੱਲ ਦੀ ਪੇਟੀ ਹੀ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਕਿਹਾ ਜਾ ਰਿਹਾ ਕਿ ਜੋ ਚੋਰ ਸੀ ਉਹ ਕੰਨ ਦੇ ਉੱਤੇ ਫੋਨ ਲਗਾ ਕੇ ਕਿਹਾ ਜਾ ਸਕਦਾ ਕਿ ਡਰਾਮਾ ਕਰਦਾ ਹੋਇਆ ਦੁਕਾਨ ਦੇ ਵਿੱਚ ਆਇਆ ਸੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤੇ ਉਹ ਪੇਟੀ ਲੈ ਕੇ ਫਰਾਰ ਹੋ ਗਿਆ।